ਐਲੀ ਮਾਂਗਟ ਅਤੇ ਰੰਮੀ ਰੰਧਾਵਾ ਵਿਚਕਾਰ ਚੱਲ ਰਹੇ ਵਿਵਾਦ ਦੇ ਚਰਚੇ ਹਰ ਪਾਸੇ ਹੋ ਰਹੇ ਨੇ, ਪਰ ਇਸ ਵਿਵਾਦ ਬਾਰੇ ਜ਼ਿਆਦਾਤਰ ਪੰਜਾਬੀ ਗਾਇਕਾਂ ਨੇ ਚੁੱਪ ਵੱਟੀ ਹੋਈ ਸੀ। ਪਰ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਲਾਈਵ ਦੌਰਾਨ ਇਸ ਵਿਵਾਦ ਬਾਰੇ ਖੁੱਲ੍ਹ ਕੇ ਗੱਲ ਕੀਤੀ। ਸਿੱਧੂ ਮੂਸੇਵਾਲੇ ਦੀ ਪੂਰੀ ਗੱਲਬਾਤ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ। ਬਾਈ ਯਾਰ ਮੈਂ ਹੁਣ ਤੁਹਾਨੂੰ ਕੀ ਦੱਸਾਂ, ਹੈ ਨਾ, ਸਿਸਟਮ ਦੇ ਵਿੱਚ ਮੇਰਾ ਬਾਈ ਸੁਭਾਅ ਪਤਾ ਇੱਦਾਂ ਦਾ ਵੀ ਆਪਾਂ ਬਹੁਤ ਘੱਟ ਬੋਲੀਦਾ, ਬਹੁਤ ਘੱਟ ਚੀਜ਼ਾਂ ਦੇ ਵਿੱਚ, ਕਿਉਂਕਿ ਹਾਂ ਆਪਾਂ ਐਲੀ ਦਾ ਵੀ ਇਹ ਹੈ ਬਾਈ ਵੀ ਵਧੀਆ ਬੰਦਾ, ਆਪਣਾ ਭਰਾ ਹੈ, ਹੈ ਨਾ, ਸਾਰੇ ਚੱਲ ਆਪਣਾ ਦੋਸਤ ਹੈਗਾ, ਠੀਕ ਹੈ ਨਾ। ਜੋ ਵੀ ਸਿਸਟਮ ਹੋ ਰਿਹਾ ਬਹੁਤ ਮਾੜਾ ਹੋ ਰਿਹਾ, ਅਤੇ ਹੁਣ ਆਪਾਂ ਉਹਨਾਂ ਬੰਦਿਆਂ ਦੇ ਵਿੱਚੋਂ ਹੈ ਨਹੀਂ ਕਿ ਬਾਈ ਵੀ ਪਬਲਿਸਿਟੀ ਲੈਣ ਦੇ ਲਈ ਵਿੱਚ ਹੈ ਬੋਲੀ ਜਾਵਾਂਗੇ, ਪਰ ਜੋ ਵੀ ਹੋ ਰਿਹਾ ਬਹੁਤ ਮਾੜਾ ਹੋ ਰਿਹਾ, ਇੱਦਾਂ ਨਹੀਂ ਹੋਣਾ ਚਾਹੀਦਾ। ਕੋਈ ਵੀ ਭਲਾ ਨਹੀਂ, ਕਿੱਡੀ ਵੀ ਗੱਲ ਹੈ, ਇੱਕ ਆਰਟਿਸਟ ਹੈ, ਤੁਹਾਨੂੰ ਆਰਟਿਸਟ ਦੇ ਹਿਸਾਬ ਨਾਲ ਹੀ ਬਿਹੇਵ ਕਰਨਾ ਚਾਹੀਦਾ, ਹੈ ਨਾ। ਅਤੇ ਪਰ ਜੋ ਵੀ ਪ੍ਰਸ਼ਾਸਨ ਕਰ ਰਿਹਾ ਵੀ ਮੈਨੂੰ ਨਹੀਂ ਲੱਗਦਾ ਵੀ ਕੋਈ ਐਡੀ ਵੱਡੀ ਗਲਤੀ ਸੀਗੀ, ਅਤੇ ਉਹ ਠੀਕ ਹੋਣਾ ਚਾਹੀਦਾ ਸਾਰਾ ਕੁਛ, ਹੈ ਨਾ। ਬਾਕੀ ਤੁਹਾਨੂੰ ਪਤਾ ਹੀ ਹੈ ਸਾਰਾ ਕੁਛ, ਝੂਠ ਸੱਚ ਤੁਸੀਂ ਸਾਰੇ ਜਾਣਦੇ ਹੀ ਹੋ, ਠੀਕ ਹੈ ਨਾ ਜੀ। ਅਤੇ ਬਾਕੀ ਆਪਾਂ ਸਾਰਿਆਂ ਦੀ ਬੈਕਤੀ ਹਾਂ, ਜਿਹਨਾਂ ਦੇ ਜਿਹੜੇ ਜਿਹੜੇ ਬੰਦੇ ਆਪਣੇ ਨਾਲ ਖੜੇ ਆਪਾਂ ਉਹਨਾਂ ਦੇ ਨਾਲ ਹਾਂ ਜੀ। ਅਤੇ ਕੋਈ ਨਹੀਂ ਬਾਈ, ਸਾਰਾ ਕੁਛ ਠੀਕ ਹੋ, ਅਸੀਂ ਵੀ ਨਾਲ ਹਾਂ ਸਾਰੇ ਬਾਈ ਦੇ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਅਤੇ